ਸੋ ਨੂੰ ਇਹ ਫੈਮਲੀ ਲੱਗੀ ਵੀ ਮੇਰੇ ਜਿਵੇਂ ਮੇਰਾ ਪਰਿਵਾਰ ਵਾਪਸ ਆ ਗਿਆ ਉਹਨਾਂ ਨੂੰ ਹਾਂ 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 ਗਈ ਹੀ ਲੱਗੀ ਆਈ ਲੱਗੀ ਬਿਜਣੀ ਵਾਪਸ ਹੀ ਆ ਗਏ ਮੇਰੇ ਮਨ ਮੀ ਲੱਗੀ ਪਰ ਦੇਖ ਕੇ ਆ ਕੇ ਮਨ ਦੁਖੀ ਵੀ ਹੋਇਆ ਇਹਨਾਂ ਨਾਲ ਮਿਲ ਕੇ ਖੁਸ਼ੀ ਵੀ ਹੋਈ ਦੁਖੀ ਮਨ ਬਹੁਤ ਇਸ ਲਈ ਹੋਇਆ ਇਹਨਾਂ ਦਾ ਘਰ ਵੀ ਨਹੀਂ ਰਿਹਾ ਸਿਰ ਤੇ ਛੱਤ ਵੀ ਨਾ ਹੋਇਆ ਵਰਗੀ ਆ ਮੈਂ ਤੁਹਾਡਾ ਵੀਰ ਹੈਪੀ ਮਨ ਔਰ ਤੁਸੀਂ ਦੇਖ ਰਹੇ ਹੋ ਨਿਊ ਚੈਨਲ ਚੱਕ ਦੇ ਪੰਜਾਬ ਅੱਜ ਅਸੀਂ ਪਿੰਡ ਨੰਦਗੜ ਵਿੱਚ ਖੜੇ ਆਗੇ ਜਿੱਥੇ ਇੱਕ ਸਪੇਨ ਤੋਂ ਫੈਮਿਲੀ ਆਈ ਹੈ ਜਿਹੜੀ ਇੱਕ ਬੇਸਹਾਰਾ ਬਜ਼ੁਰਗ ਮਾਤਾ ਜਿਨ੍ਹਾਂ ਦੇ ਘਰ ਵਾਲਾ ਵੀ ਤੇ ਜਿਨ੍ਹਾਂ ਦਾ ਬੇਟਾ ਵੀ ਨਸ਼ੇ ਨੇ ਖਾ ਲਏ ਗਿਆ ਇਕੱਲੇ ਰਹਿ ਰਹੇ ਨੇ ਐਨ ਆਰ ਆਈ ਫੈਮਿਲੀ ਹੈ ਔਰ ਜੋ ਇਹਨਾਂ ਦੀ ਹੈਲਪ ਕਰ ਰਹੀ ਹੈ ਅੱਜ ਉਹ ਇਹਨਾਂ ਨੂੰ ਮਿਲਣ ਵਾਸਤੇ ਆਏ ਆ ਅੱਜ ਕਰਦੇ ਆਂ ਵੀ ਉਹਨਾਂ ਨਾਲ ਗੱਲਬਾਤ ਤਾਂ ਕੀ ਨਾਮ ਸੁਭਨਮ ਕੀ ਹੈ ਮੇਰਾ ਨਾਮ ਜੀ ਮੰਗਤਰਾਮ ਬਚਨ ਸਪੇਨ ਤੋਂ ਸੋਨੂੰ ਮਾਤਾ ਜੀ ਬਾਰੇ ਕਿਵੇਂ ਬਤਾ ਲੱਗਿਆ ਹਨਾ ਤੇ ਜਾਣ ਕੇ ਫਿਰ ਕਿੰਨਾ ਕੁ ਦਿਲ ਨੂੰ ਦੁੱਖ ਲੱਗਿਆ ਉਹਦੇ ਬਾਰੇ ਕੋਈ ਦੇਖੋ ਜੀ ਦੁੱਖ ਤਾਂ ਬਹੁਤ ਲੱਗਾ ਦੇਖੋ ਇਹ ਸੋਮਵਰ ਵਿੱਚ ਮਾਤਾ ਜੀ ਦਾ I think so 65+ ਹੋਊਗੀ ਮਾਤਾ ਜੀ ਦੀ ਏਜ ਤੇ ਤੁਹਾਡੇ ਚੈਨਲ ਦੇ ਥਰੂ ਜਦੋਂ ਮੈਂ ਵੀਡੀਓ ਫੇਸਬੁੱਕ ਤੇ ਦੇਖੀ ਨਾ ਤੇ ਜਿਹੜਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਫਿਰ ਮੈਂ ਚੈਨਲ ਦਾ ਤੁਹਾਡੇ ਦਾ ਧੰਨਵਾਦ ਇਸ ਕਰਕੇ ਵੀ ਕਰਦਾ ਕਿਉਂਕਿ ਮੈਂ ਇਹਨਾਂ ਨਾਲ ਫਿਰ ਇਹਨਾਂ ਨਾਲ ਫੋਨ ਤੇ ਰਸਤਾ ਕਾਇਮ ਕੀਤਾ ਵੀ ਮੇਰੀ ਤੁਸੀਂ ਗੱਲ ਮਾਤਾ ਜੀ ਦੇ ਨਾਲ ਕਰਵਾ ਸਕਦੇ ਆ ਫਿਰ ਇਹਨਾਂ ਨੇ ਮੇਰੀ ਗੱਲ ਕਰਵਾਈ ਮਾਤਾ ਜੀ ਨੂੰ ਤੇ ਮਾਤਾ ਜੀ ਦਾ ਪੂਰਾ ਪੂਰੀ ਉਹਨਾਂ ਦੀ ਲਾਈਫ ਬਾਰੇ ਜਾਣਿਆ ਤੇ ਫਿਰ ਮਾਤਾ ਜੀ ਨੂੰ ਮੈਂ ਕਿਹਾ ਕਿ ਮਾਤਾ ਜੀ ਅੱਜ ਤੋਂ ਬਾਅਦ ਤੁਸੀਂ ਝੂਨਾ ਨਹੀਂ ਲਾਉਣਾ ਵੀ ਅਸੀਂ ਚਲੋ ਜਿੰਨੇ ਜੋਗ ਹੈਗੇ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਤੇ ਫਿਰ ਇਹਨਾਂ ਨੇ ਮੇਰੀ ਇੱਥੇ ਗੱਲ ਕਰਾਈ ਜਿਹੜਾ ਚਨੀਰਿਆ ਨਾ ਕਿ ਜਗ ਉੱਥੇ ਮੈਂ ਇੱਕ ਕਰਿਆਨਾ ਸਟੋਰ ਨਾਲ ਗੱਲ ਕੀਤੀ ਹਾਂਜੀ ਜਿੰਨਾ ਵੀ ਲੋੜਿੰਦਾ ਜਿਹੜਾ ਸਮਾਨ ਸੀਗਾ ਕਿਚਨ ਦਾ ਇਹਨਾਂ ਨੂੰ ਲੈ ਕੇ ਦਿੱਤਾ ਚਲੋ ਉਹਦਾ ਵੀ ਥੋੜੇ ਬਹੁਤ ਜਿਹੜੀ ਹੈਲਪ ਮਾਤਾ ਦੀ ਟਾਈਮ ਟੂ ਟਾਈਮ ਕਰਦਾ ਰਿਹਾ ਤੇ ਮੈਂ ਮਾਤਾ ਜੀ ਨਾਲ ਵਾਦਾ ਕੀਤਾ ਸੀ ਕਿ ਮਾਤਾ ਜੀ ਜਦੋਂ ਅਸੀਂ ਆਵਾਂਗੇ ਨਾ ਜੇ ਮੈਂ ਕੱਲਾ ਆਇਆ ਤਾਂ ਕੱਲਾ ਆਵਾਂਗਾ ਜੇ ਮੈਂ ਵੀਦ ਫੈਮਿਲੀ ਆਵਾਂਗਾ ਤੇ ਅਸੀਂ ਤੈਨੂੰ ਆਪਣੀ ਮਾਤਾ ਸਮਝਦੇ ਹਾਂ ਹਣਾ ਬੇਸੀ ਜ਼ਰੂਰ ਤੇ ਇਹਨੂੰ ਮਿਲਣ ਵਾਸਤੇ ਮਾਤਾ ਜੀ ਆਵਾਂਗੇ ਅੱਜ ਅਸੀਂ ਚਲੋ ਇਸ ਪੈਂਡ ਵਿੱਚ ਸੁਭਾਗਿਆ ਪ੍ਰਾਪਤ ਹੋਇਆ ਤੁਹਾਡੇ ਥਰੂ ਕਿ ਅਸੀਂ ਮਾਤਾ ਜੀ ਦੇ ਦਰਸ਼ਨ ਕੀਤੇ ਤੇ ਤੁਹਾਡਾ ਧਿਆਨ ਨੂੰ ਵੀ ਮਿਲਣ ਦਾ ਸਾਨੂੰ ਟਾਈਮ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਸ੍ਰਿਕਲ ਦੱਸੋ ਜੀ ਜਿਵੇਂ ਹੁਣ ਇਹ ਬਜ਼ੁਰਗ ਮਾਤਾ ਜੀ ਨੇ ਇਹਨਾਂ ਦਾ ਜਿਹੜਾ ਤੁਸੀਂ ਅੱਜ ਘਰ ਵੇਖਿਆ ਹਨ ਬਹੁਤ ਮਤਲਬ ਦਾ ਦਰਦ ਹੋਇਆ ਦਿਲ ਦੁਖਿਆ ਹਨ ਜੀ ਪਰ ਜਦੋਂ ਅੱਜ ਮਾਤਾ ਜੀ ਨੂੰ ਮਿਲਿਆ ਤਾਂ ਮਨ ਨੂੰ ਕਿ ਸਕੂਨ ਵੀ ਮਿਲਿਆ ਹੋਊਗਾ ਨਾ ਸਕੂਨ ਤਾਂ ਜਿੱਥੇ ਮਿਲਿਆ ਸਭ ਤੋਂ ਵੱਡਾ ਸਕੂਨ ਤਾਂ ਇਹ ਮਿਲਿਆ ਕਿ ਮਾਤਾ ਜੀ ਨੂੰ ਮਿਲਿਆ ਤੁਹਾਡੇ 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 ਦਰਸ਼ਨ ਹੋ ਗਏ ਤੁਹਾਡੇ ਨਾਲ ਗੱਲਬਾਤ ਹੋਈ ਤੇ ਜਿਹੜਾ ਮਾਤਾ ਜੀ ਦਾ ਮਾਹੌਲ ਆ ਜਿੱਥੇ ਉਹ ਰਹਿ ਰਹੇ ਆ ਤੇ ਮੇਰੀ ਹੁਣ ਵਾਈਫ ਵੀ ਕਹਿ ਰਹੀ ਸੀ ਮੇਰਾ ਵੱਡਾ ਬੇਟਾ ਵੀ ਕਹਿ ਰਿਹਾ ਸੀ ਕਿ ਫਿਰ ਤੁਸੀਂ ਹੁਣ ਦੱਸਿਆ ਜਾ ਕਿ ਉਹ ਜਗਾ ਕਿੱਦਾਂ ਕਿੱਦਾਂ ਨਸ਼ੇ ਨੇ ਖਾਦੀ ਆ ਨਾ ਵੀ ਅਸੀਂ ਮਾਤਾ ਜੀ ਨੂੰ ਇਹ ਸੋਚਦੇ ਆ ਕਿ ਮਾਤਾ ਜੀ ਨੂੰ ਅਸੀਂ ਚੱਲ ਕੋਈ ਵਧੀਆ ਜਾ ਕੇ ਕਮਰਾ ਬਣਾ ਦਈਏ ਹੁਣ ਤੁਸੀਂ ਇਹ ਪਤਾ ਲੱਗਾ ਕਿ ਉਹ ਜਿਹੜਾ ਜਗਾ ਆ ਉਹ ਵੀ ਨਹੀਂ ਨਾ ਉਹ ਵੀ ਨਹੀਂ ਨਾ ਕੋਲ ਹੁਣ ਇਹ ਵੀ ਸਾਨੂੰ ਕਿ ਕੱਲ ਨੂੰ ਅਸੀਂ ਬਣਾ ਲਈਏ ਚਲੋ 40 50000 ਰੁਪਏ ਇੱਥੇ ਲਾ ਦਈਏ ਮਾਤਾ ਨੂੰ ਵਧੀਆ ਕਰਕੇ ਬਣਾ ਦਿੰਦੇ ਆ ਹੈਨਾ ਅਸੀਂ ਨਾ ਤੇ ਸਵੇਜ ਨੂੰ ਬੰਦੇ ਭੇਜ ਦਿੰਦੇ ਆ ਕਿ ਜਾਓ ਵੀ ਤੁਸੀਂ ਪੇਂਟ ਵੀ ਕਰਕੇ ਆਓ ਬਣਾ ਕੇ ਵੀ ਆਵੋ ਲੇਕਿਨ ਉਹ ਇਹ ਆ ਕੇ ਹੁਣ ਇਹ ਤਾਂ ਪਿੰਡ ਦੀ ਪੰਚਾਇਤ ਨੂੰ ਜਿਹੜੀ ਹੁਣ ਨਵੀਂ ਪੰਚਾਇਤ ਬਣ ਰਹੀ ਆ ਚਲੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਮਾਤਾ ਜੀ ਦੀ ਤੁਸੀਂ ਹੈਲਪ ਕਰੋ ਚਲੋ ਜੋ ਵੀ ਤਿਆਰ ਦੇ ਸਹਿਯੋਗ ਦੇ ਅੰਦਰ ਕੋ ਜੋ ਵੀ ਇਹਨਾਂ ਦਾ ਖਰਚਾ ਪਾਣੀ ਹੋਏਗਾ ਵੀ ਹਰ ਮਹੀਨੇ ਚੱਲੂ ਅਸੀਂ ਮਾਤਾ ਜੀ ਨੂੰ ਦਵਾਈ ਦਾਰੂ ਦਾ ਵੀ ਇਹਨਾਂ ਦਾ ਖਾਣ ਪਾਣੇ ਦਾ ਵੀ ਅਰੇਂਜ ਜ਼ਰੂਰ ਕਰਾਂਗੇ ਬਾਈ ਜੀ ਜਿਹੜੀ ਇਹ ਦਰਿਆਦਲੀ ਹੈ ਨਾ ਇਹ ਹਰ ਇੱਕ ਬੰਦੇ ਕੋਲੇ ਨਹੀਂ ਹੁੰਦੀ ਪਰ ਅਸੀਂ ਇੱਕ ਗੱਲ ਆਪਣੇ ਚੈਨਲ ਦੇ ਥਰੂ ਕਹਿਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਵਿਦੇਸ਼ੀ ਭਰਾ ਐਨਆਈਆਰ ਭਰਾ ਨੇ ਸਾਡੇ ਉਹ ਜਿਹੜੀਆਂ ਇਹ ਜਿਹੇ ਮਾਤਾ ਮਾਂ ਨੇ ਉਹਨਾਂ ਦੀ ਜ਼ਰੂਰ ਹੈਲਪ ਕਰਨਾ ਜਿਹੜਾ ਮਤਲਬ ਇਹ ਫੈਮਿਲੀ ਹੈ ਹਨਾ ਜਦੋਂ ਤੁਹਾਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਇਹੇ ਵਿਚਾਰ ਆਇਆ ਵੀ ਮਾਤਾ ਦੀ ਹੈਲਪ ਕਰਗੇ ਆਪਣੀ ਮਾਂ ਸਮਝੀਏ ਇਹਨਾਂ ਨੂੰ ਜਿੰਨੇ ਵੀ ਹੋ ਸਕਦਾ ਸੁੱਖ ਮਿਲੇ ਇਹਨਾਂ ਨੂੰ ਕੋਈ ਪਰ ਦੇਖ ਕੇ ਆ ਕੇ ਮਨ ਦੁਖੀ ਵੀ ਹੋਇਆ ਇਹਨਾਂ ਨੂੰ ਮਿਲ ਕੇ ਖੁਸ਼ੀ ਵੀ ਹੋਈ ਦੁਖੀ ਮਨ ਬਹੁਤ ਇਸ ਲਈ ਹੋਇਆ ਇਹਨਾਂ ਦਾ ਘਰ ਵੀ ਨਹੀਂ ਰਿਹਾ ਸਿਰ ਤੇ ਛੱਤ ਵੀ ਨਾ ਹੋਇਆ ਵਰਗੀ ਆ ਬਿਲਕੁਲ ਛੱਤ ਨਹੀਂ ਹੈਗੀ ਨਸ਼ੇ ਨੇ ਖਾ ਲਿਆ ਇਹਨਾਂ ਦਾ ਪਰਿਵਾਰ ਇਹਨਾਂ ਦਾ ਘਰ ਇਕੱਲੀ ਮਾਤਾ બસ ਆਪਣੇ ਦਿਨ ਪੂਰੇ ਕਰ ਰਹੀ ਆ ਅਸੀਂ ਕੁਝ ਵੀ ਨਹੀਂ ਕਰ ਰਹੇ ਜੋ ਵੀ ਹੈ ਇਹਦੇ ਕਿਸਮਤ ਜੋ ਹੋਊਗਾ ਕਰਾਂਗੇ ਜਿੰਨੇ ਜੋਗੇ ਹੋਏ ਮਾਤਾ ਜੀ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ ਚ ਹਨ ਆਪਣੇ ਭਰਾ ਭੈਣ ਭਰਾ ਉਹਨਾਂ ਨੂੰ ਕੋਈ ਕੀ ਸਨੇਹਾ ਦੇਣਾ ਚਾਹੁੰਦੇ ਹੋ ਇਹੀ ਸਨੇਹਾ ਦੇਣਾ ਚਾਹੁੰਦੇ ਆ ਜਿੱਦੋਂ ਚਲੋ ਜਿੰਨੇ ਜੋਗੇ ਸਾਰੇ ਆਪਣੇ ਇੱਧਰ ਜੋ ਭੈਣ ਭਾਈ ਆ ਇਦਾਂ ਦੁਖੀ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਹਾਂਜੀ ਅੱਜ ਉਹਨਾਂ ਇਹਨਾਂ ਨੂੰ ਮਿਲ ਕੇ ਅੱਜ ਛੋਟੇ ਮਾਨੂੰ ਕਿਵੇਂ ਲੱਗਿਆ ਠੀਕ ਲੱਗਿਆ ਜੀ ਠੀਕ ਲੱਗਿਆ ਸੋ ਨੂੰ ਇਹ ਫੈਮਿਲੀ ਲੱਗੀ ਵੀ ਮੇਰੇ ਜਿਵੇਂ ਮੇਰਾ ਪਰਿਵਾਰ ਵਾਪਸ ਆ ਗਿਆ ਉਹਨਾਂ ਨੂੰ ਹਾਂ 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 ਗਈ ਆਈ ਲੱਗੀ ਆਈ ਲੱਗੀ ਵੀ ਜਣੀ ਵਾਪਸ ਹੀ ਆ ਗਏ ਹਮ ਮੇਰੇ ਮਨ ਨੂੰ ਇਹ ਲੱਗੇ ਵਾਹਿਗੁਰੂ ਪ੍ਰਮਾਤਮਾ ਪੜੀ ਗਈ ਹਾਂ ਬਹੁਤ ਅੱਛਾ